ਹਾਂਜੀ ਵੀਰੇ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਹੜਾ ਵੀ ਟਰੈਕਟਰ ਚੈਨਲ ਨੂੰ ਪਿਆਰ ਕਰਦਾ ਹੈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਅਤੇ ਜਿਹੜਾ ਕਮੈਂਟ ਦੇ ਵਿੱਚ ਤੁਸੀਂ ਭੇਜ ਦਿੰਦੇ ਵੀਰੇ ਵੀ ਟਰੈਕਟਰ ਦਾ ਕੋਈ ਵੀ ਐਕਸਚੇਂਜ ਜਾਂ ਬੱਟਾ ਸੱਟਾ ਕੋਈ ਨਾਲ ਕਰ ਲਿਓ, ਵੀਰੇ ਉਹਨਾਂ ਦਾ ਨੰਬਰ ਦਿੱਤਾ ਹੁੰਦਾ, ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਅਤੇ ਮੈਂ ਸੋਚਿਆ ਮਹਾ ਵਿੱਚ ਮਾੜੀ ਮੋਟੀ ਵਲੋਗਿੰਗ ਵੀ ਆਪਾਂ ਬਣਾ ਲਿਆ ਕਰੀਏ। ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਬਣਾਈਏ ਚਾਹੇ ਨਾ ਬਣਾਈਏ। ਅਤੇ ਮੈਂ ਤੁਹਾਨੂੰ ਬੱਕਰੀਆਂ ਦਿਖਾਉਣਾ, ਬੀਟਲ ਅਤੇ ਵਿੱਚ ਤੋਤਾ ਪਰੀ ਹੈ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਲੱਗੀ ਵੀਡੀਓ। ਇੱਕ ਵੀਰੇ ਟਰੈਕਟਰਾਂ ਦੇ ਉੱਤੇ ਜਿਹੜਾ ਜ਼ਿਮੀਂਦਾਰ ਭਰਾ ਆਪਣੇ ਜਾਂ ਮੁੰਡੇ ਖੁੰਡੇ ਜਿਹੜਾ ਸਟੰਟ ਕਰਦੇ ਆ ਉਹ ਦੇਖ ਕੇ ਕਰਿਆ ਕਰੋ। ਪਿੱਛੇ ਵੀਡੀਓ ਦੇਖੀ ਸੀਗੀ ਵੀ ਤਵਿਆਂ ਦੇ ਥੱਲੇ ਆ ਜਾਂਦਾ ਮੁੰਡਾ, ਉਹਦੀ ਲੱਤ ਵੱਢੀ ਜਾਂਦੀ ਹੈ। ਸ਼ੁਕਰ ਹੈ ਪਰਮਾਤਮਾ ਦਾ ਜਿਹੜਾ ਉਹਦਾ ਬਚਾਅ ਹੋ ਗਿਆ। ਤਾਂ ਵੀਰੇ ਇਹੋ ਜਿਹਾ ਕੰਮ ਨਾ ਕਰਿਆ ਕਰੋ ਯਾਰ, ਜਿਹੜਾ ਆਪਾਂ ਨੂੰ ਇੱਕ ਵਾਰੀ ਜ਼ਿੰਦਗੀ ਮਿਲਦੀ ਹੈ ਦੁਬਾਰਾ ਦੁਬਾਰਾ ਜ਼ਿੰਦਗੀ ਨਹੀਂ ਮਿਲਦੀ। ਠੀਕ ਹੈ ਵੀਰੇ, ਤਾਂ ਆਪਣਾ ਖਿਆਲ ਰੱਖਿਆ ਕਰੋ। ਤਾਂ ਤੁਸੀਂ ਦੇਖੋ ਹੁਣ ਤੋਤਾ ਭਰੀ ਬੱਕਰੀਆਂ ਤੁਹਾਨੂੰ ਮੈਂ ਦਿਖਾਉਣਾ ਗਾ। ਆ ਤੋਤਾ ਭਰੀ ਹੈ ਵੀਰੇ, ਦੇਖ ਸਕਦੇ ਹੋ। ਜੌਂਦਰ ਖਾਈ ਜਾਂਦੀਆਂ, ਕਣਕ ਘੱਟ ਉੱਗ ਰਹੀ ਇੱਥੇ। ਆ ਬੱਕਰਾ ਗਾ, ਆ ਕਿਹੜੀ ਨਸਲ ਆ ਉਹ ਤੋਤਾ ਭਰੀ? ਬਿੱਟਲਾ ਇਹ। ਕਿੰਨੀਆਂ ਬੱਕਰੀਆਂ ਤੇਰੇ ਕੋਲ ਓਏ? ਹੈਂ ਕਿੰਨੀਆਂ ਵੱਖਰੀਆਂ? ਇਹ 30 ਹੈ। ਦੂਜਾ ਬੱਕਰਾ ਕਿੱਧਰ ਗਿਆ? ਵੱਡਾ ਬੱਕਰਾ ਤਾਂ ਉਹ ਫਿਰਦਾ ਪਰਾਂ ਸਿਰੇ ਤੇ, ਹਨਾ ਉਹ ਫਿਰਦਾ ਗਾ। ਹੋਰ ਭੀਮ ਕੀ ਹਾਲ ਹੈ? ਠੀਕ ਹੈ ਜੀ, ਠੀਕ ਹੈ ਠੀਕ ਹੈ। ਉਹ ਕਿੰਨਾ ਕਿੰਨਾ ਕਿੰਨੇ ਚਿਰ 'ਚ ਬਹਿਮਣਾ ਦੇ ਦਿੰਦੀ ਹੈ? ਇਹ 5 ਮਹੀਨਿਆਂ ਤੋਂ 6 ਮਹੀਨਿਆਂ ਤੋਂ ਸੂ ਪੈਂਦੀ ਹੈ। ਅੱਛਾ, ਹਾਂ। ਅਤੇ 2 ਦਿੰਦੀ ਹੈ ਕਿ 1 ਦਿੰਦੀ ਹੈ? 2 ਵੀ ਦੇ ਦਿੰਦੀ ਆ, 1 ਵੀ ਦੇ ਦਿੰਦੀ ਆ, 3 ਵੀ ਦੇ ਦਿੰਦੀ, 4 ਵੀ ਦੇ ਦਿੰਦੀ। ਅੱਛਾ, ਅੱਡ ਅੱਡ ਹਿਸਾਬ ਦੇ ਆ। ਜਿਹੜੀ ਰਾਜੀ ਆ ਉਹ 2 ਦੇ ਦਿੰਦੀ ਆ, ਜਿਹੜੀ ਥੋੜ੍ਹੀ ਜਿਹੀ ਲਿੱਸੀ ਆ ਉਹ 1 ਦੇ ਦਿੰਦੀ। ਅੱਛਾ, ਹਾਂ। ਰਾਜੀ ਦਾ ਕੀ ਤਾਲੁਕ ਆ? ਹੋਰ ਤੇਰੇ ਕੋਲ ਤਾਂ ਸਾਰੀਆਂ ਲਿੱਸੀਆਂ ਜਿਹਾ ਲੱਗਦੀਆਂ, ਮਤਲਬ ਜਿੰਨੀਆਂ ਫਿਰਦੀਆਂ ਸਾਰੀਆਂ ਲਿੱਸੀਆਂ ਲੱਗਦੀਆਂ ਤਾਂ। ਪਹਿਲਾਂ ਬੰਦ ਹੀ ਰਹੀਆਂ 6 ਮਹੀਨੇ, ਹੁਣ ਹੀ ਛੱਡਣ ਲੱਗੇ ਆ। ਇਹ ਤਾਂ ਕਹਿੰਦਾ ਲਿੱਸੀਆਂ ਕਰਕੇ 1 ਵੀ ਨਹੀਂ ਦਿੰਦੀਆਂ। ਕਿੰਨੇ ਨਾਗ ਆ ਤੇਰੇ ਕੋਲੇ? 30 30 ਨਾਗ ਹੈ? ਹਾਂ। ਅੱਛਾ, 30 ਚੋਂ 12 ਵੇਚੀਆਂ, 70,000 ਦਾ ਮਾਲ ਵਿਕਿਆ। ਚਲ, ਕਿੰਨਾ ਲੈਤਾ ਸਾਰਾ? ਸਾਰਾ 32 ਸੀ। 32, ਹਾਂ। ਵਿੱਚ ਮੈਂ ਮੂੰਹ ਨੇ ਛੱਡੀ ਜਾਂਦੀਆਂ ਨੇ ਮਗਰ। ਅੱਛਾ, ਕੋਈ ਨਫੇ ਵਾਲੀ ਨਫਾ ਹੈਗਾ ਇਹ 'ਚ ਕਿ ਨੁਕਸਾਨ ਹੀ ਹੈ? ਨਫਾ ਬਹੁਤ ਆ, ਨਫਾ ਬਹੁਤ ਆ। ਗਰਮਾਇਸ਼ ਜੀ ਬੈਠੇ ਇਹਨਾਂ ਨੂੰ। ਕਿਉਂ ਗਰਮਾਇਸ਼ ਕਾਹਦੇ ਨਾਲ ਬੈਠਦੇ? ਗਰਮਾਇਸ਼ ਉਹ ਬੱਚੇ ਛੱਡ ਦੇਣੀਆਂ ਨੇ ਉਹ ਤੋਂ ਬਾਅਦ। ਅੱਛਾ, ਗਰਮਾਇਸ਼ ਨਾਲ? ਹਾਂ, ਦਵਾਈ ਦੇਣੀ ਪੈਂਦੀ ਆ। ਅੱਛਾ, ਹਾਂ। ਹੋਰ ਖਰਚਾ ਹੋ ਰਿਹਾ? ਹੋਰ ਹੋਰ ਸੁਣਾ ਕੋਈ ਗੱਲਬਾਤ? ਕੋਈ ਬਿਮਾਰੀ ਸ਼ਮਾਰੀ ਇਹਨਾਂ ਨੂੰ ਕੋਈ ਲੱਗਦੀ ਹੋਵੇ? ਨਾ, ਬਿਮਾਰੀ ਜੇ ਬਾਹਰ ਛੱਡੇਗਾ ਤਾਂ ਕੋਈ ਬਿਮਾਰੀ ਨਹੀਂ ਲੱਗਦੀ। ਅੱਛਾ, ਜੇ ਬਾਹਰ ਨਹੀਂ ਛੱਡੇਗਾ ਫਿਰ ਆਪੀ ਬਿਮਾਰੀਆਂ ਨੇ। ਅੱਛਾ, ਹਾਂ। ਸੁੱਕਾ ਰੱਖਣਾ ਚਾਹੀਦਾ ਥੱਲੇ। ਅੱਛਾ, ਵੀ ਇਹਨਾਂ ਦੇ ਥੱਲੇ ਕੋਲ ਰਾਤ ਨੂੰ ਬਹਿਣੀਆਂ ਨੇ। ਤਾਂ ਇੱਥੇ ਕੀ ਖਾਂਦੀਆਂ ਇਹ? ਇੱਥੇ ਬਸ ਗੁੱਲੀ ਡੰਡਾ ਖਾ ਛੱਡਦੀਆਂ, ਸਰੋਂ ਸਰੋਂ ਖਾਈ ਜਾਂਦੀਆਂ, ਕਣਕ ਖਾਈ ਜਾਂਦੀਆਂ ਨੇ। ਅੱਛਾ, ਬਾਹਰ ਸਾਰਾ ਦਿਨ ਮੂੰਹ ਮਾਰੀ ਜਾਂਦੀਆਂ ਨੇ। ਅੱਛਾ, ਖਾਤੀਆਂ ਹੈ? ਹਾਂ। ਤੇਰੇ ਮਾਲ ਕੋਈ ਜੱਟ ਤਾਂ ਨਹੀਂ ਪੈਂਦਾ? ਨਾ ਨਾ, ਮੇਰੇ ਮਾਲ ਕਣਕ ਖਾਂਦੀਆਂ ਫਿਰ ਜਿਹੜਾ ਇਹ? ਨਾ ਨਾ, ਕੋਈ ਨਹੀਂ ਪੈਂਦਾ। ਅੱਛਾ, ਹਾਂ।
ਤੇ ਦੁੱਧ ਦੁੱਧ ਦਿੰਦੀਆਂ ਕੋਈ? ਦੁੱਧ ਹੈ, ਚਾਰ ਬੱਕਰੀਆਂ ਸੂਈਆਂ ਹੋਈਆਂ ਨੇ, ਦੂਜੀਆਂ ਤੋਕੜਾ ਨੇ। ਅੱਛਾ, ਤੋਕੜਾ ਵੀ ਵਿੱਚ ਹੀ ਰੱਖਦਾ। ਤੋਕੜਾ ਤੋਕੜਾ ਕੀ ਰੇਟ ਹੈ ਵਿਕਦੀਆਂ? ਉਹ ਦੇਖੋ ਦੇਖ। ਅੱਛਾ, ਤੇ ਕੋਈ ਮੀਟ ਮੂਟ ਵਾਲਾ ਲੈ ਕੇ ਜਾਂਦਾ? ਮੀਟ ਵਾਲੇ ਛੋਟੇ ਬੱਕਰੇ ਲੈ ਜਾਂਦੇ ਨੇ, ਕਿਉਂਕਿ ਆਪਣੇ 2 ਮਹੀਨਿਆਂ ਦਾ 3 ਮਹੀਨਿਆਂ ਦਾ। ਕਿੰਨੇ ਦਾ ਵਿਕ ਜਾਂਦਾ ਉਹ? ਉਹ 5 ਤੋਂ ਲੈ ਕੇ 4 ਤੇ 6 ਤੱਕ, 7 ਤੱਕ ਇੱਥੋਂ ਤੱਕ ਵਿਕ ਜਾਂਦੇ ਨੇ। ਅੱਛਾ, ਹਾਂ, ਖੇਤੀ ਦੇ ਨਾਲ ਨਾਲ ਵਧੀਆ ਚੱਲ ਸਿਸਟਮ ਚੱਲੀ ਜਾਂਦਾ। ਹਾਂ, ਘਰੇ ਰੱਖ ਲਏ ਥੋੜੇ ਥਾਂ ਚਾਈ ਚਲਾਈ ਚੱਲੀ ਜਾਂਦੀ ਆ ਬਸ। ਹਾਂ, ਛੇਤੀ ਸੂ ਪੈਂਦੇ ਆ ਕਹਿੰਦੇ, ਹੈ ਨਾ? ਸਾਲ 'ਚ 2 ਵਾਰੀ ਸੂ ਪੈਂਦੀ ਆ। ਅੱਛਾ, ਹਾਂ, ਚਲੋ ਕਮੈਂਟ ਕਰਕੇ ਜ਼ਰੂਰ ਦੱਸਿਓ ਬੰਦੇ ਦੀਆਂ ਬੱਕਰੀਆਂ ਕਿੱਦਾਂ ਲੱਗੀਆਂ, ਬੀਟਲ, ਤੋਤਾ ਪਰੀ। ਬੜਾ ਹੋਕੀ ਜਾਂਦਾ ਭੀਮ ਹੋਏ। ਕਿੰਨੇ ਦਾ ਵੇਚਣਾ ਹੈ ਓਏ? ਦਿਸੀ ਜਾਂਦੇ ਤਾਂ ਸਾਰਾ ਕੁਛ ਹੀ ਦਿਸੀ ਜਾਂਦਾ। ਅੱਛਾ,